ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖ ਪੰਥ ਦੀ ਸਰਮੌਰ ਸੰਸਥਾ ਹੈ ਔਰ ਸਾਡੇ ਬਜ਼ੁਰਗਾਂ ਦੀਆਂ ਮਹਾਨ ਕਰਵਾਨੀਆਂ ਤੋਂ ਬਾਅਦ ਇਹ ਜਿਹੜੀ ਸੰਸਥਾ ਹੋਂਦ ਵਿੱਚ ਆਈ ਔਰ ਸਾਡੇ ਬਜ਼ੁਰਗਾਂ ਨੇ ਜਿੱਥੇ ਲੰਬੇ ਸੰਘਰਸ਼ ਲੜੇ ਗੁਰਦੁਆਰਾ ਦਾ ਪ੍ਰਬੰਧ ਆਪਣੇ ਹੱਥ ਵਿੱਚ ਲਿਆ ਔਰ ਸਮੇਂ-ਸਮੇਂ ਦੇ ਉੱਤੇ ਪੰਥਕ ਸ਼ੀਸ਼ੀਤਾ ਨੇ ਇਸ ਸੰਸਥਾ ਦੀ ਜਿਹੜੀ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਆ ਉਹ ਨਿਭਾਈ ਆ ਔਰ ਇਸ ਸੰਸਥਾ ਦੇ ਵਿਕਾਰ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਔਰ ਸਿੱਖ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਹਰ ਇੱਕ ਪ੍ਰਧਾਨ ਨੇ ਆਪਣੇ ਆਪਣੇ ਸਮੇਂ ਦੇ ਉੱਤੇ ਕੰਮ ਕੀਤਾ ਲੇਕਿਨ ਬੜੇ ਅਫਸੋਸ ਦੀ ਗੱਲ ਹੈ ਕਿ ਰਾਜਨੀਤਿਕ ਹਿੱਤਾਂ ਦੀ ਖਾਤਰ ਸਿਰਫ ਤੇ ਸਿਰਫ ਕਿਉਂਕਿ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਦੀ ਜਿਹੜੀ ਚੋਣ ਹੈ ਇਹ ਸਾਲ 2024-25 ਲਈ ਉਹ 28 ਅਕਤੂਬਰ ਨੂੰ ਹੋਣ ਜਾ ਰਹੀ ਆ ਔਰ ਉਸ ਤੋਂ ਪਹਿਲਾਂ ਜਿਸ ਤਰੀਕੇ ਨਾਲ ਵਿਰੋਧੀਆਂ ਦੀ ਹਮੇਸ਼ਾ ਹੀ ਇੱਕ ਸੋਚ ਹੁੰਦੀ ਆ ਕਿ ਕਿਸ ਤਰੀਕੇ ਨਾਲ ਸਾਹਮਣੇ ਵਾਲੇ ਨੂੰ ਜਿਹੜਾ ਹੈ ਉਹਨੂੰ ਬਦਨਾਮ ਕੀਤਾ ਜਾਵੇ ਉਹਦੇ ਤੇ ਇਲਜ਼ਾਮਬਾਜ਼ੀ ਕੀਤੀ ਜਾਵੇ ਇਹਨਾਂ ਨੂੰ ਸੋਚ ਨੂੰ ਮੁੱਖ ਰੱਖ ਕੇ ਕੱਲ ਮੈਂ ਦੇਖਿਆ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਕੋਈ ਦੂਸ਼ਣਬਾਜ਼ੀ ਕੀਤੀ ਗਈ ਜਿਹੜੀ ਬਹੁਤ ਹੀ ਨਿੰਦਣਯੋਗ ਹੈ ਕਿਉਂਕਿ ਜਿਹੜੇ ਸਵਾਲ ਉਹਨਾਂ ਨੇ ਉਠਾਏ ਆ ਉਹਨਾਂ ਵਿੱਚੋਂ ਮੈਂ ਸਮਝਦਾ ਕਿ ਕਿਸੇ ਵੀ ਸਵਾਲ ਦੀ ਕੋਈ ਆਥੈਂਟੀਸਿਟੀ ਨਹੀਂ ਹੈਗੀ ਉਹਦੇ ਵਿੱਚ ਜੇ ਕਿ ਇਹ ਕੇਸ ਵਿੱਚ ਕੋਈ ਇਹੋ ਜਿਹਾ ਸਵਾਲ ਹੈਗਾ ਜਿਹਦੇ ਬਾਰੇ ਸੰਗਤ ਨਾ ਜਾਣਦੀ ਹੋਵੇ ਜਾਂ ਸੰਗਤ ਨੂੰ ਨਾ ਪਤਾ ਹੋਵੇ ਪਹਿਲੀ ਗੱਲ ਤੇ ਉਹਨਾਂ ਨੇ ਜਿਹੜਾ ਇੱਕ ਸਵਾਲ اٹھਾਇਆ ਕਿ ਸਿੰਘ ਸਹਿਬਾਨ ਦੀ ਨਿਯੁਕਤੀ ਤੇ ਉਹਨਾਂ ਨੂੰ ਸੇਵਾ ਮੁਕਤੀ ਬਾਰੇ ਕਿ ਇਹ ਦੇ ਲਈ ਕੋਈ ਵਿਧੀ ਵਿਵਧਾਨ ਹੋਣਾ ਚਾਹੀਦਾ ਤੇ ਉਹਨਾਂ ਨੇ ਜ਼ਿਕਰ ਵੀ ਕੀਤਾ ਕਿ ਪਿਛਲੇ ਦਿਨੀ ਬਹੁਤ ਹੀ ਸਤਿਕਾਰਯੋਗ ਸਰਦਾਰ ਜਸਵੰਤ ਸਿੰਘ ਪੜੈਣ ਵੱਲੋਂ ਜਿਹੜਾ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਐਡਜੈਕਟਿਵ ਦੀ ਮੀਟਿੰਗ ਦੇ ਵਿੱਚ ਇਹ ਮੁੱਦਾ ਉਠਾਇਆ ਗਿਆ ਲੇਕਿਨ ਮੈਂ ਉਦੋਂ ਵੀ ਸੋਸ਼ਲ ਮੀਡੀਆ ਦੇ ਉੱਤੇ ਜਵਾਬ ਦਿੱਤਾ ਸੀ ਕਿ ਇਹ ਮੁੱਦੇ ਜਿਹੜੇ ਹੈਗੇ ਆ ਇਹ ਕੋਈ ਫੇਸਬੁੱਕ ਦੇ ਮੁੱਦੇ ਨਹੀਂ ਹੈਗੇ ਇਹ ਪੰਥਕ ਮੁੱਦੇ ਆ ਔਰ ਇਹ ਨਾਲ ਬਾਰੇ ਜਿਹੜੀ ਵਿਚਾਰ ਚਰਚਾ ਆ ਗਈ ਉਹ ਸਿੰਘ ਸਹਿਬਾਨ ਔਰ ਪੰਥਕ ਜਥੇਬੰਦੀਆਂ ਸਿੱਖ ਸੰਪਰਦਾਵਾਂ ਬੈਠ ਕੇ ਹੀ ਇਹਦੇ ਬਾਰੇ ਕੋਈ ਨਾ ਕੋਈ ਵਿਧੀ ਵਿਧਾਨ ਬਣਾ ਸਕਦੀ ਐ ਨਹੀਂ ਕਿ ਆਪਾਂ ਮਤਾ ਲਿਖ ਕੇ ਲੈ ਆਂਦਾ ਤਾਂ ਉਹਨੂੰ ਨਾਲ ਹੀ ਐਡਜੈਕਟਿਵਟੀ ਜਿਹੜੀ ਪ੍ਰਵਾਨਗੀ ਦੇ ਦੇਵੇ ਤੇ ਉਹਦੇ ਲਈ ਹਰ ਇੱਕ ਜਿਹੜੀ ਜਵਾਬ ਦੇਈ ਹੈ ਉਹ ਸ੍ਰੀ ਕਲਤਖ ਸਾਹਿਬ ਨੂੰ ਹੈ ਇਸ ਕਰਕੇ ਜਿਹੜੇ ਸਾਡੇ ਵੱਡੇ ਬਜ਼ੁਰਗਾਂ ਨੇ ਵਿਧੀ ਵਿਧਾਨ ਬਣਾਇਆ ਕਿ ਸਿੰਘ ਸਹਿਬਾਂ ਦੀ ਨਿਯੁਕਤੀ ਕਿਸ ਤਰ੍ਹਾਂ ਕੀਤੀ ਜਾਵੇ ਉਹਨਾਂ ਦੀ ਸੇਵਾ ਮੁਕਤੀ ਕਿਸ ਤਰ੍ਹਾਂ ਕੀਤੀ ਜਾਵੇ ਉਹ ਵੀ ਉਹਨਾਂ ਨੇ ਬੜੀ ਸੋਚ ਸਮੇ ਕੇ ਜਿਹੜਾ ਹੈ ਪੰਥ ਵਿੱਚ ਹਜੇ ਤੱਕ ਪ੍ਰਮਾਨਤ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਇਹ ਸੇਵਾ ਨਿਭਾ ਰਹੀ ਆ ਔਰ ਜਿੰਨੀਆਂ ਸੰਪਰਦਾਵਾਂ ਨੇ ਜਿੰਨੀਆਂ ਜਥੇਬੰਦੀਆਂ ਨੇ ਉਹ ਜਦੋਂ ਸਿੰਘ ਸਹਿਬਾਂ ਦੀ ਨਿਯੁਕਤੀ ਹੁੰਦੀ ਹੈ ਤੇ ਉਹਨਾਂ ਨੂੰ ਦਸਤਾਰ ਪੇਟ ਕਰਦੀਆਂ ਉਹਨਾਂ ਦਾ ਸਤਿਕਾਰ ਕਰਦੀਆਂ ਤੇ ਦੂਜੀ ਗੱਲ ਮੈਂ ਸਮਝਦਾ ਕਿ ਇਹ ਉਸੇ ਸਾਜ਼ਿਸ਼ ਦਾ ਵੱਡਾ ਹਿੱਸਾ ਹੈ ਜਿਹੜੀ ਸਾਜ਼ਿਸ਼ ਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਕੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਜਿਹੜਾ ਹੈ ਉਹ ਸ਼੍ਰੀ ਕਾਲ ਤਖਤ ਸਾਹਿਬ ਦੇ ਸਮੇਤ ਜਿਹੜਾ ਵੀ ਪ੍ਰਬੰਧ ਹੈ ਉਹ ਬਾਹਰੀ ਤਾਕਤਾਂ ਦੇ ਹੱਥ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਚਲੇ ਜਾਵੇ ਤੇ ਕੱਲ ਦੀ ਜਿਹੜੀ ਬਿਆਨਵਾਜੀ ਹੈ ਉਸੇ ਸਾਜ਼ਿਸ਼ ਦਾ ਹਿੱਸਾ ਹੈ ਕਿ ਜਿਸ ਤਰੀਕੇ ਨਾਲ ਆਰਐਸਐਸ ਤੇ ਭਾਜਪਾ ਚਾਹੁੰਦੀਆਂ ਨੇ ਕੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੀ ਕਮਜ਼ੋਰ ਹੋਵੇ ਔਰ ਸਾਡੀਆਂ ਸਿੱਖ ਸੰਸਥਾਵਾਂ ਦਾ ਜਿਹੜਾ ਪ੍ਰਬੰਧ ਹੈ ਉਹ ਆਪਦੀ ਮਰਜ਼ੀ ਨਾਲ ਕਰਨ ਜਿਸ ਤਰ੍ਹਾਂ ਨਾਲ ਅੱਜ ਦਿੱਲੀ ਵਿੱਚ ਹੋ ਰਿਹਾ ਹੈ ਜਿਸ ਤਰ੍ਹਾਂ ਨਾਲ ਅੱਜ ਹਰਿਆਣੇ ਵਿੱਚ ਹੋ ਰਿਹਾ ਹੈ ਜਿਸ ਤਰ੍ਹਾਂ ਨਾਲ ਤਕਸਰੀ ਪਟਨਾ ਸਾਹਿਬ ਦੇ ਵਿੱਚ ਹੋ ਰਿਹਾ ਹੈ ਤੇ ਇਸੇ ਤਰ੍ਹਾਂ ਨਾਲ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਵੀ ਜਿਹੜਾ ਵਿजूद ਹੈ ਉਹ ਖਤਮ ਕਰ ਦਿੱਤਾ ਜਾਵੇ ਕਿਉਂਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇੱਕੋ ਇੱਕ ਸੰਸਥਾ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਦੇ ਜਦੋਂ ਵੀ ਸਿੱਖਾਂ ਦੇ ਉੱਤੇ ਕੋਈ ਵਿਫਤਾ ਪੈਂਦੀ ਹੈ ਕਿਸੇ ਵੀ ਦੁਨੀਆ ਦੇ ਖੇਤੇ ਵਿੱਚ ਸਿੱਖਾਂ ਨੂੰ ਕੋਈ ਮੁਸੀਬਤ ਖੜਦੀ ਹੈ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਕਾਲੀਦਾਲੇ ਆਪਣੀ ਆਵਾਜ਼ ਬੁਲੰਦ ਕਰਦੇ ਆ ਸੋ ਮੈਂ ਸਮਝਦਾ ਕਿ ਇਹ ਇੱਕ ਸਾਜ਼ਿਸ਼ ਇੱਕ ਜਿਹੜੀ ਸ਼ਰਾਰਤ ਹੈ ਉਹ ਕੱਲ ਕੀਤੀ ਗਈ ਹੈ ਜਿਹੜੇ ਸਵਾਲ ਖੜੀ ਕੀਤੇ ਗਏ ਨੇ ਤੇ ਦੂਸਰਾ ਸਵਾਲ ਸੀਗਾ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਸਾਬਾ ਬਹੁਤ ਕਮਜ਼ੋਰ ਅਜੇ ਤੱਕ ਦੇ ਸਾਰੇ ਤੋਂ ਕਮਜ਼ੋਰ ਪ੍ਰਧਾਨ ਸਾਬਤ ਹੋਇਆ ਮੈਂ ਦੱਸਣਾ ਚਾਹਣਾ ਕਿ ਸਰਦਾਰ ਹਰਜਿੰਦਰ ਸਿੰਘ ਧਾਮੀ ਉਹ ਵਿਵਾਕ ਲੀਡਰ ਆ ਜਿਨ੍ਹਾਂ ਨੇ ਮੈਨੂੰ ਯਾਦ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਭੋਗ ਸੀਗਾ ਉਹਨਾਂ ਦੇ ਭੋਗ ਦੇ ਉੱਤੇ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਥੇ ਉਚੇਚੇ ਤੌਰ ਤੇ ਆਏ ਔਰ ਬੰਦੀ ਸਿੰਘਾਂ ਦੇ ਮੁੱਦੇ ਨੂੰ ਲੈ ਕੇ ਧਾਮੀ ਸਾਹਿਬ ਨੇ ਪੂਰੀ ਸੰਗਤ ਦੀ ਹਾਜ਼ਰੀ ਵਿੱਚ ਮੀਡੀਆ ਦੀ ਹਾਜ਼ਰੀ ਦੇ ਵਿੱਚ ਜਿਸ ਬਵਾਕੀ ਦੇ ਨਾਲ ਇਹ ਮੁੱਦਾ ਅਮਿਤ ਸ਼ਾਹ ਕੋਲੇ ਉਸ ਸਮੇਂ ਵੀ ਉਠਾਇਆ ਤੇ ਮੈਂ ਸਮਝਦਾ ਕਿ ਜੇ ਕਮਜ਼ੋਰ ਪ੍ਰਧਾਨ ਹੁੰਦਾ ਤੇ ਫਿਰ ਇੰਨੀ ਜ਼ੁਰਤ ਨਹੀਂ ਰੱਖ ਸਕਦਾ ਸੀ ਕਿ ਇੱਕ ਗ੍ਰਹਿ ਮੰਤਰੀ ਦੇ ਸਾਹਮਣੇ ਖੜ ਕੇ ਉਹ ਸਵਾਲ ਖੜਾ ਹੀ ਕਰਦਾ ਕਿ ਜਿਹੜੇ ਸਾਡੇ ਬਿੰਦੀ ਸਿੰਘ ਆ ਤੁਸੀਂ ਕਿਉਂ ਨਹੀਂ ਰਿਹਾ ਕਰ ਰਹਾ ਤੇ ਸਾਡੀ ਸੁਣਵਾਈ ਕਿਉਂ ਨਹੀਂ ਕਰ ਰਹਾ ਤੇ ਇਸ ਕਰਕੇ ਬਾਕੀ ਜਿਹੜੀ ਉਹਨਾਂ ਨੇ ਗੱਲ ਕੀਤੀ ਹੈਗੀ ਆ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜਾ ਹੈ ਜਿ ਭ੍ਰਿਸ਼ਟਾਚਾਰ ਦਾ ਬਹੁਤ ਵੱਡਾ ਬੋਲਬਾਲਾ ਮੈਂ ਦੱਸਣਾ ਚਾਹਣਾ ਕਿ ਪਿਛਲੇ ਦਿਨੀ ਨਿਊਜ਼ 18 ਦੇ ਉੱਤੇ ਇੱਕ ਡਿਬੇਟ ਚੱਲਦੀ ਸੀ ਜਿਸ ਵਿੱਚ ਸਰਦਾਰ ਗਰਜੰਤ ਸਿੰਘ ਗਰੇਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸੀ ਔਰ ਸਰਦਾਰ ਗੁਰਪ੍ਰਤਾਪ ਸਿੰਘ ਵਿਡਾਲਾ ਜਿਹੜੇ ਇਸ ਲਹਿਰ ਦੇ ਅੱਜ ਮੁਖੀ ਥਾਪੇ ਗਏ ਹੋਏ ਨੇ ਉਹ ਵੀ ਸੀਗੇ ਔਰ ਉਹਨਾਂ ਨੇ ਇਸ ਗੱਲ ਨੂੰ ਕਮਿਟ ਕੀਤਾ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਕਿ ਜਦੋਂ ਦੇ ਸਰਦਾਰ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਬਣੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਬੰਧ ਵਿੱਚ ਬਹੁਤ ਵੱਡਾ ਸੁਧਾਰ ਆਇਆ ਔਰ ਇਸ ਗੱਲ ਦਾ ਪੁਖਤਾ ਸਬੂਤ ਇਹ ਹੈ ਕਿ ਜਦੋਂ ਦੇ ਧਾਮੀ ਸਾਹਿਬ ਪ੍ਰਧਾਨ ਬਣੇ ਨੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਦਾ ਪ੍ਰਬੰਧਕ ਕਮੇਟੀ ਦਾ ਜਿਹੜਾ ਬਜਟ ਆ ਉਹਦੇ ਉੱਤੇ ਨਿਗਾਹ ਮਾਰ ਸਕਦੇ ਆ ਕਿ ਉਹਨੇ ਉਹਦੇ ਵਿੱਚ ਗਰੋਥ ਕਿੰਨਾ ਵਾਧਾ ਆਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਬਜਟ ਦੇ ਵਿੱਚ ਆ ਤੇ ਇਹਦੇ ਨਾਲ ਹੀ ਮੈਂ ਗੱਲ ਕਹਿ ਸਕਦਾ ਕਿ ਜਿਹੜਾ ਕਰੋਨਾ ਪੀਰੀਅਡ ਤੋਂ ਬਾਅਦ ਇੱਕ ਵੱਡਾ ਕ੍ਰਾਈਸਿਸ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵਿਵਿਧਕ ਸੰਸਥਾਵਾਂ ਦੇ ਵਿੱਚ ਸਰਦਾਰ ਹਰਜਿੰਦਰ ਸਿੰਘ ਧਾਮੀ ਤੌਰ ਸਾਡੇ ਸਕਤਰ ਸਾਹਿਬਾਨ ਸਰਵਜ ਮੁੱਚੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਟੀਮ ਨੇ ਜਿਸ ਤਰੀਕੇ ਨਾਲ ਜਿਹੜੀਆਂ ਲੰਬੇ ਸਮੇਂ ਤੋਂ ਸਾਡੀਆਂ ਤਨਖਾਹਾਂ ਪੈਂਡਿੰਗ ਪਈਆਂ ਸੀ ਹੋਰ ਕਿਉਂਕਿ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਬਹੁਤ ਘਟ ਗਈ ਸੀ ਬਾਹਰ ਦਾ ਜਾਣ ਹੋਣ ਕਰਕੇ ਵੀ ਇਸ ਗੱਲ ਨੂੰ ਵੱਡੀ ਸੱਟ ਵੱਜੀ ਸੀ ਉਹਨਾਂ ਸਾਰਿਆਂ ਹਾਲਾਤਾਂ ਵਿੱਚੋਂ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਉਹ ਕੱਢਿਆ ਔਰ ਅੱਜ ਕੋਈ ਵੀ ਜੜੀ ਹੈਗੀ ਆ ਕਿਸੇ ਵੀ ਕਾਲਜ ਦੀ ਕਿਸੇ ਵੀ ਸਕੂਲ ਦੀ ਜਿਹੜੀ ਤਨਖਾਹ ਹੈ ਉਹ ਪੈਂਡਿੰਗ ਨਹੀਂ ਪਈ ਸੋ ਤੀਜੀ ਗੱਲ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਸ੍ਰੀ ਕਲਤਖਬ ਸਾਹਿਬ ਦੇ ਆਦੇਸ਼ਾਂ ਦੇ ਮਤਲਬ ਕੋ ਕੰਮ ਨਹੀਂ ਕੀਤਾ ਔਰ ਇਤੋਂ ਤੱਕ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਦਿੱਲੀ ਨੂੰ ਮਾਰਚ ਕੱਢਿਆ ਜਾਣਾ ਸੀਗਾ ਉਹ ਮਾਰਚ ਜਿਹੜਾ ਹੈਗਾ ਉਹ ਕਿਸ ਦੀ ਸ਼ਹਿਦ ਉੱਤੇ ਕਿਹਦੇ ਇਸ਼ਾਰੇ ਉੱਤੇ ਰੱਦ ਕੀਤਾ ਗਿਆ ਤੇ ਉਹਨਾਂ ਨੂੰ ਭਲੀ ਭਾਤ ਪਤਾ ਹੋਣਾ ਚਾਹੀਦਾ ਜਿਹੜੇ ਆਗੂ ਸਹਿਬਾਨ ਸਵਾਲ ਕਰਦੇ ਆ ਕਿ ਜਦੋਂ ਇਹ ਮਾਰਚ ਬਾਰੇ ਪੂਰੀ ਤਿਆਰੀ ਹੋ ਗਈ ਸੀ ਸ੍ਰੀ ਕਲਤਕਸਾਹਬ ਨੇ ਉਸ ਤੋਂ ਪਹਿਲਾਂ ਇੱਕ ਪੰਜ ਮੈਂਬਰੀ ਕਮੇਟੀ ਜਿਹੜੀ ਗਠਿਤ ਕੀਤੀ ਸੀ ਬੰਦੀ ਸਿੰਘਾਂ ਦੀ ਰਿਹਾਈ ਲਈ ਉਹਦੀ ਪੈਰਵਾਹੀ ਕਰਨ ਲਈ ਔਰ ਉਹਦੇ ਵਿੱਚ ਸਰਦਾਰ ਹਰਜਿੰਦਰ ਸਿੰਘ ਜੀ ਤੋਂ ਆਮੀ ਨੂੰ ਕੋਆਰਡੀਨੇਟਰ ਬਣਾਇਆ ਗਿਆ ਸੀਗਾ ਲੇਕਿਨ ਜਦੋਂ ਮਾਰਚ ਦੇ ਕੱਢਣ ਵਿੱਚ ਕੋਈ ਸਮਾਂ ਹੀ ਬਾਕੀ ਰਹਿ ਗਿਆ ਸੀਗਾ ਤੇ ਉਸੇ ਟਾਈਮ ਇੱਕ ਆਗੂ ਵੱਲੋਂ ਅਚੇਚੇ ਤੌਰ ਦੇ ਉੱਤੇ ਸ੍ਰੀ ਕਲਤਕਸਾਹਬ ਨੂੰ ਇੱਕ ਚਿੱਠੀ ਕੱਢੀ ਗਈ ਕਿ ਇਹ ਜਿਹੜਾ ਅ ਮਾਰਚ ਕੱਢਿਆ ਜਾ ਰਿਹਾ ਹੈ ਦਾ ਜਿਹੜਾ ਮੰਤਬ ਹੈ ਉਹ ਰਾਜਨੀਤੀ ਤੋਂ ਪ੍ਰੇਰਿਤ ਆ ਤੇ ਇਸ ਕਰਕੇ ਉਹਨਾਂ ਨੇ ਮੇਰੇ ਕੋਲ ਇਸ ਗੱਲ ਦੀ ਚਿੱਠੀ ਵੀ ਪਈ ਹੈਗੀ ਆ ਜਿਹਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਹ ਜਿਹੜਾ ਮਾਰਚ ਰੱਦ ਕੀਤਾ ਜਾਵੇ ਜੇ ਮਾਰਚ ਸ਼੍ਰੀ ਕਲਤਾ ਤੋਂ ਚਿੱਠੀ ਲਿਖੀ ਕਿ ਜੇ ਮਾਰਚ ਰੱਦ ਨਹੀਂ ਹੁੰਦਾ ਤੇ ਮੈਂ ਜਿਹੜੀ ਪੰਜ ਮੈਂਬਰੀ ਕਮੇਟੀ ਉਹ ਤੇ ਅਸਤੀਫਾ ਦੇਵਾਂਗਾ ਤੇ ਪੰਥ ਦੇ ਵੱਡੇ ਹਿੱਤਾਂ ਨੂੰ ਮੁੱਖ ਰੱਖਦੇ ਆ ਉਸੇ ਟਾਈਮ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਇਹ ਫੈਸਲਾ ਲਿਆ ਸਾਡੇ ਸਾਰਿਆਂ ਨੇ ਸਲਾਹ ਕੀਤੀ ਤੇ ਮਾਰਚ ਜਿਹੜਾ ਉਹ ਸਾਨੂੰ ਮਜਬੂਰੀ ਵਾਸਤੇ ਰੱਦ ਕਰਨਾ ਪਿਆ ਲੇਕਿਨ ਬੰਦੀ ਸਿੰਘਾਂ ਦੀ ਰਿਹਾਈ ਲਈ ਜਿੰਨੇ ਸਹਿਰਦ ਯਤਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਦੇ ਸਮੇਂ ਦੇ ਵਿੱਚ ਹੋਏ ਆ ਉਹ ਮੈਂ ਸਮਝਦਾ ਕਿ ਇਕੱਲੇ ਭਾਈ ਬਲਵੰਤ ਸਿੰਘ ਰਾਜਵਾਨਾ ਦਾ ਮਸਲਾ ਨਹੀਂ ਜੇ ਬਾਕੀ ਵੀ ਸੰਦੀ ਸਿੰਘ ਹੈ ਚਾਹੇ ਭਾਈ ਜਗਤਾਰ ਸਿੰਘ ਹਵਾਰਾ ਹੈ ਭਾਈ ਜਗਤਾਰ ਸਿੰਘ ਤਾਰਾ ਹੈ ਔਰ ਪਰਮਜੀਤ ਸਿੰਘ ਪਿਹੋਰਾ ਹੈ ਬਾਕੀ ਵੀ ਜਿੰਨੇ ਐ ਬੰਦੀ ਸਿੰਘ ਸਾਨੂੰ ਉਹਨਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪਹਿਲੇ ਦਿਨ ਤੋਂ ਹੀ ਸਿਰ ਤੋਰੇ ਯਤਨ ਕੀਤੇ ਆ ਔਰ ਅੱਜ ਵੀ ਜਿਹੜੇ ਸਾਡੇ ਯਤਨ ਆ ਉਹ ਨਿਰੰਤਰ ਜਿਹੜੇ ਜਾਰੀ ਹੈ ਔਰ ਜਿੱਥੋਂ ਤੱਕ ਪੰਥਕ ਸੇਵਾਵਾਂ ਦੀ ਗੱਲ ਕਰੀਏ ਸਰਦਾਰ ਹਜਿੰਦਰ ਸਿੰਘ ਧਾਮੇ ਦੀ ਮੈਨੂੰ ਯਾਦ ਆ ਕਿ 1987 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਖੜਕੂ ਲਹਿਰ ਸਿਖਰ ਤੇ ਸੀ ਔਰ ਪੰਜਾਬ ਪੁਲਿਸ ਵੱਲੋਂ ਜਿਹੜਾ ਨੌਜਵਾਨਾਂ ਦਾ ਜਿਹੜਾ ਕੋ ਕੋ ਕੇ ਉਹਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਔਰ ਪਰਿਵਾਰਾਂ ਨੂੰ ਪਤਾ ਨਹੀਂ ਲੱਗਦਾ ਸੀ ਕਿ ਸਾਡਾ ਬੱਚਾ ਜਿਹੜਾ ਪੁਲਿਸ ਚੱਕ ਕੇ ਲੈ ਗਈ ਉਹ ਜਿੰਨਾ ਬਾਪ ਸਾਣਾ ਕਿ ਨਿਆਣਾ ਉਹਨਾਂ ਟਾਈਮਾਂ ਦੇ ਵਿੱਚ ਵਕੀਲਾਂ ਨੇ ਇੱਕ ਪੈਨਲ ਗਠਰ ਕੀਤਾ ਸੀਗਾ ਔਰ ਉਸ ਪੈਨਲ ਥੋੜਾ ਮੈਂਬਰੀ ਪੈਨਲ ਦੇ ਵਿੱਚ ਸਰਦਾਰ ਹਰਜਿੰਦਰ ਸਿੰਘ ਧਾਮੀ ਵੀ ਸੀਗੇ ਜਿਨ੍ਹਾਂ ਨੇ ਇਸ ਗੱਲ ਦਾ ਬੀੜਾ ਚੱਕਿਆ ਸੀਗਾ ਕਿ ਜਿਹੜੇ ਵੀ ਨੌਜਵਾਨ ਪੁਲਿਸ ਜਿਨ੍ਹਾਂ ਨੂੰ ਚੱਕ ਕੇ ਲੈ ਜਾਂਦੀ ਆ ਜਾਂ ਉਹਨਾਂ ਦੇ ਕੇਸਾਂ ਦੀ ਪੈਰਾਵਾਇਜ਼ ਜਾਂ ਉਹਨਾਂ ਦੇ ਪਰਚੇ ਦਰਜ ਹੋ ਜਾਂਦੇ ਆ ਉਹ ਅਸੀਂ ਵੀ ਵਕੀਲ ਕਰਾਂਗੇ ਔਰ ਉਹਦੇ ਵਿੱਚ ਮੈਨੂੰ ਯਾਦ ਹੈ ਕਿ ਉਸ ਟਾਈਮ ਦੀ ਪੰਥਕ ਕਮੇਟੀ ਜਿਹਦੇ ਵਿੱਚ ਸਰਦਾਰ ਸੋਨ ਸਿੰਘ ਦੀ ਗਵਾਈ ਵਿੱਚ ਬਣੀ ਜਿਹੜੀ ਪੰਥਕ ਕਮੇਟੀ ਸੀਗੀ ਉਹਦੇ ਸਾਰੇ ਆਗੂ ਸਹਿਬਾਨ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਸੀ ਕਿ ਅਸੀਂ ਇਸ ਗੱਲ ਦੀ ਛਲਾਗਾ ਕਰਦੇ ਆ ਕਿ ਸਿੱਖ ਵਕੀਲਾਂ ਨੇ ਐਡਾ ਵੱਡਾ ਜਿਹੜਾ ਆਪਣੀ ਜ਼ਿੰਦਗੀ ਜਿਹੜੀ ਆ ਉਹ ਜੋਖਮ 'ਚ ਪਾ ਕੇ ਇਹ ਫੈਸਲਾ ਲਿਆ ਅਸੀਂ ਇਸ ਗੱਲ ਦੀ ਛਲਾਗਾ ਕਰਦੇ ਆ ਤੇ ਇਹਦੇ ਮੱਦੇਨਜ਼ਰ ਜਦੋਂ ਬਹੁਤ ਸਾਰੇ ਵਕੀਲ ਸਹਿਬਾਨ ਨੂੰ ਪੁਲਿਸ ਨੇ ਚੱਕ ਕੇ ਉਹਨਾਂ ਨੂੰ ਗਾਇਬ ਕਰ ਦਿੱਤਾ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਤੇ ਸਰਦਾਰ ਨਵਕਰਨ ਸਿੰਘ ਜੀ ਜਿਨ੍ਹਾਂ ਨੇ ਉਚੇਚੇ ਤੌਰ ਦੇ ਉਤੇ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ 1995 ਦੇ ਵਿੱਚ ਕਿ ਸਾਡੇ ਜਿਹੜੇ ਵਕੀਲ ਸਹਬਾਨ ਨੇ ਇਹਨਾਂ ਦੀ ਜਾਨ ਨੂੰ ਖਤਰਾ ਹੈ ਇਸ ਕਰਕੇ ਇਸ ਗੱਲ ਦੀ ਜਿਹੜੀ ਹੈਗੀ ਆ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਹਦਾਇਤ ਕੀਤੀ ਜਾਵੇ ਕਿ ਇਹਨਾਂ ਦੀ ਜਾਨ ਮਾਲ ਦੀ ਜਿਹੜੀ ਸੁਰੱਖਿਆ ਕੀਤੀ ਜਾਵੇ ਔਰ ਸਮਾਨਯੋਗ ਸੁਪਰੀਮ ਕੋਰਟ ਨੇ ਉਹਦੇ ਉੱਤੇ ਜਿਹੜਾ ਹੈ ਉਸੇ ਟਾਈਮ 1 ਮਹੀਨੇ ਦੇ ਵਿੱਚ ਜੁਲਾਈ ਮਹੀਨੇ 'ਚ ਫੈਸਲਾ ਦਿੱਤਾ ਜੂਨ ਦੇ ਵਿੱਚ ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਤੇ ਜੁਲਾਈ 'ਚ ਫੈਸਲਾ ਦਿੱਤਾ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜਿਹੜੀ ਹੈਗੀ ਆ ਉਹ ਇਹਨਾਂ ਵਕੀਲਾਂ ਦੀ ਜਾਨ ਮਾਲਕ ਦੀ ਰੱਖੀ ਲਈ ਜਿਹੜੀ ਹੈਗੀ ਆਪਣੀ ਜ਼ਿੰਮੇਵਾਰੀ ਬਣਨਵਾਵੇ ਤੇ ਸਰਦਾਰ ਹਜਿੰਦਰ ਸਿੰਘ ਧਾਮੀ ਤਾਂ ਉਸ ਟਾਈਮ ਵੀ ਕਿਸੇ ਗੱਲੋਂ ਨਹੀਂ ਘਬਰਾਏ ਔਰ ਪੰਥ ਖੇਤਾਂ ਦੀ ਖਾਤਰ ਉਹਨਾਂ ਨੇ ਹਮੇਸ਼ਾ ਹੀ ਆਪਣੀ ਜਿਹੜੀ ਜਾਨ ਹੈ ਉਹ ਤਲੀ ਤੇ ਰੱਖ ਕੇ ਪੰਥ ਖੇਤਾਂ ਦੇ ਕੰਮਾਂ ਦੀ ਖਾਤਰ ਜਿਹੜਾ ਹੈ ਉਹਨਾਂ ਨੇ ਇਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਇਆ ਚਾਹੇ ਉਹ ਵਕੀਲ ਦੇ ਤੌਰ ਤੇ ਪਾਇਆ ਤੇ ਚੌਥੀ ਗੱਲ ਜਿਹੜੀ ਹੈਗੀ ਆ ਕਿ ਉਹਨਾਂ ਨੇ ਜਿਹੜਾ ਇੱਕ ਹੋਰਲ ਜਾਮ ਲਾਇਆ ਕਿ ਸ੍ਰੀ ਕਾਲ ਤਖਤ ਸਾਹਿਬ ਵੱਲੋਂ ਉਦੇਸ਼ ਸੀ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਪਣਾ ਇੱਕ ਜਿਹੜਾ ਚੈਨਲ ਆ ਉਹ ਸਥਾਪਿਤ ਕਰੇ ਔਰ ਇਹ ਪਤਾ ਹੋਣਾ ਚਾਹੀਦਾ ਜਿਹੜੇ ਬੰਦੇ ਗੱਲਾਂ ਕਰਦੇ ਆ ਕਿ ਉਸ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਇਹਦੇ ਬਾਰੇ ਪ੍ਰਕਿਰਿਆ ਉਸੇ ਟਾਈਮ ਜਿਹੜੀ ਸ਼ੁਰੂ ਕਰਦੀ YouTube ਚੈਨਲ ਤਾਂ ਨਾਲ ਹੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਚਾਲੂ ਕਰ ਦਿੱਤਾ ਸੀਗਾ ਲੇਕਿਨ ਜਿੱਥੋਂ ਤੱਕ ਔਨ 에ਅਰ ਆ ਜਿਹੜਾ ਟੀਵੀ ਚੈਨਲ ਆ ਉਦੇ ਲਈ ਕਿਉਂਕਿ ਭਾਰਤ ਸਰਕਾਰ ਦੇ ਖੇਤਰ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਉਹਨਾਂ ਨੇ ਇਹਦੀ ਪ੍ਰਵਾਨਗੀ ਦੇਣੀ ਹੈ ਅਸੀਂ ਆਪਣੀ ਚਾਰਜੋਈ ਕਰ ਰਹੇ ਹਾਂ ਔਰ ਇਸ ਚਾਰਜੋਈ ਦੇ ਵਿੱਚ ਭਾਰਤ ਸਰਕਾਰ ਨੂੰ ਸਾਨੂੰ ਕਦੋਂ ਪ੍ਰਵਾਨਗੀ ਦਿੰਦੀ ਹੈ ਇਸ ਚੈਨਲ ਲਈ ਤੇ ਅਸੀਂ ਉਸ ਦਿਨ ਦੀ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ ਸੋ ਮੈਂ ਬੇਨਤੀ ਕਰਨਾ ਚਾਹਣਾ ਕਿਉਂਕਿ ਮੇਰੇ ਮਨ ਨੂੰ ਬੜਾ ਦੁੱਖ ਹੋਇਆ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਉੱਤੇ ਸਿਰਫ ਆਪਣੀ ਨਿੱਜੀ ਸ਼ੋਰਤ ਦੀ ਖਾਤਰ ਜਾਂ ਸਿਰਫ ਆਪਣੀ ਬਾਵਾ ਦੀ ਖਾਤਰ ਇਹੋ ਜਿਹੇ ਊਟ ਪਟਾੰਗ ਜਿਹੜੇ ਇਲਜ਼ਾਮ ਲਾਣੇ ਤੇ ਬਤੌਰ ਮੀਤ ਪ੍ਰਧਾਨ ਹੁੰਦੇ ਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਮੈਂ ਆਪਣੀ ਜਿੰਮੇਵਾਰੀ ਸਮਝੀਏ ਫਰਜ਼ ਸਮਝਿਆ ਕਿ ਜੇ ਅਸੀਂ ਇਹਨਾਂ ਗੱਲਾਂ ਦੇ ਜਵਾਬ ਨਾ ਦਵਾਂਗੇ ਤਾਂ ਕੇਵਾਰ ਸੰਗਤ ਦੇ ਵਿੱਚ ਕੋਈ ਨਾ ਕੋਈ ਦੁਬਧਾ ਖੜੀ ਹੋ ਜਾਂਦੀ ਆ ਤੇ ਇਸ ਕਰਕੇ ਇਹ ਜਿਹੜੇ ਵੀਰ ਸਵਾਰ ਕਰਦੇ ਆ ਕਿਤੇ ਖੁੱਲੇ ਪਲੇਟਫਾਰਮ ਤੇ ਬਹਿ ਕੇ ਸਾਡੇ ਨਾਲ ਬਹਿ ਕੇ ਗੱਲ ਕਰ ਲੈਣ ਅਸੀਂ ਹਰ ਗੱਲ ਦਾ ਜਵਾਬ ਦੇਵਾਂਗੇ ਸਾਡੇ ਕੋਲ ਹਰ ਗੱਲ ਦੇ ਪੁਗਤਾ ਸਬੂਤ ਹੈ ਤੇ ਜੁੱਤタル ਸ੍ਰੀ ਗਲਤਾਂਖ ਸਾਹਿਬ ਦੇ ਮਾਨ ਮਰਿਆਦਾ ਦੀ ਗੱਲ ਆ ਥ੍ਰੀ ਕਾਲਤਾਕ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਦੀ ਗੱਲ ਆ ਤੇ ਦੇਖੋ ਸਵਾਲ ਕਰਨੇ ਬੜੇ ਸੌਕੇ ਹੁੰਦੇ ਆ ਅੱਜ ਜਿਹੜੇ ਇਸ ਲਹਿਰ ਬਣੋ ਉਮੀਦਵਾਰ ਲਾਣੇ ਗਿਆ ਬੀਬੀ ਜੀ ਕੋਲ ਜੀ ਮੈਨੂੰ ਯਾਦ ਆ ਕਿ ਜਦੋਂ 2000 ਸਨ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਹੁਣਾ ਨੇ ਬੀਬੀ ਜੀ ਦੇ ਖਿਲਾਫ ਇੱਕ ਆਦੇਸ਼ ਜਾਰੀ ਕੀਤਾ ਸੀ ਗੁਣਾ ਤੋਂ ਜਾ ਕੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਪੰਥ ਵਿੱਚ ਵੀ ਛੇਕ ਦਿੱਤਾ ਗਿਆ ਸੀ ਬੀਬੀ ਜੀ ਨੇ ਉਸ ਸਮੇਂ ਕਿੰਨਾ ਕੁ ਉਹਨਾਂ ਆਦੇਸ਼ਾਂ ਦੀ ਪਾਲਣਾ ਕੀਤੀ ਜਾਂ ਬੀਬੀ ਜੀ ਕਿੰਨੇ ਇੱਕ ਆਪਣੇ ਆਪ ਨੂੰ ਜਵਾਬਦੇਹ ਸਮਝਿਆ ਕਿਉਂਕਿ ਇਹ ਸਵਾਲ ਕੀਤਾ ਜਾਂਦਾ ਕਿ ਸਿੰਘ ਸਾਹਿਬਾਂ ਦੇ ਆਦੇਸ਼ ਨੂੰ ਸੰਗਤ ਤੇ ਲਾਗੂ ਕਰਾਉਣਾ ਸ਼ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੀ ਜ਼ਿੰਮੇਵਾਰੀ ਆ ਤੇ ਫਿਰ ਉਸ ਟਾਈਮ ਬੀਬੀ ਜੀ ਜਿਹੜੇ ਨੇ ਉਹਨਾਂ ਨੇ ਇਹਨਾਂ ਆਦੇਸ਼ਾਂ ਦੀ ਪਾਲਣਾ ਕੀਤੀ ਜਾਂ ਉਹਨੂੰ ਲਾਗੂ ਕਰਵਾਉਣ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਮੰਨਿਆ ਇਹ ਸਾਡੇ ਵੀ ਸਵਾਲ ਆ ਇਸ ਕਰਕੇ ਸਵਾਲ ਜਨੇ ਮਰਜੀ ਇੱਕ ਦੂਜੇ ਨੂੰ ਕਰੀ ਜਾਈਏ ਗੱਲ ਸਵਾਲਾਦ ਦੀ ਨਹੀਂ ਗੱਲ ਇਹ ਹੈ ਕਿ ਜਿਹੜੇ ਮਸਲੇ ਅੱਜ ਪੰਥ ਦੇ ਸਾਹਮਣੇ ਦਰਵੇਸ਼ ਚੁਣੌਤੀਆਂ ਨੇ ਉਹਨਾਂ ਵਿੱਚੋਂ ਆਪਾਂ ਕਿੱਦਾਂ ਬਾਹਰ ਨਿਕਲਣਾ ਹੈ ਪੰਥ ਦੀ ਏਕਤਾ ਨੂੰ ਕਿੱਦਾਂ ਅਸੀਂ ਮਜ਼ਬੂਤ ਕਰਨਾ ਹੈ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਹਿੱਤ 'ਚ ਰੱਖਦੇ ਹੋਇਆਂ ਧਿਆਨ 'ਚ ਰੱਖਦੇ ਹੋਇਆਂ ਮੇਰੀ ਬੇਨਤੀ ਆ ਕਿ ਇਹੋ ਜਿਹਾ ਹੈ ਸਮੇਂ ਦੇ ਉੱਤੇ ਠੀਕ ਆ ਤੁਸੀਂ ਇਲੈਕਸ਼ਨ ਲੜ ਰਹੇ ਆ ਜੀ ਆਆਂ ਕਿਉਂਕਿ ਤੁਹਾਡਾ ਸੰਵਿਧਾਨਕ ਅਧਿਕਾਰ ਆ ਕੋਈ ਵੀ ਬੰਦਾ ਲੜ ਸਕਦਾ ਪਰ ਇਹ ਨਹੀਂ ਕਿ ਸਿਰਫ ਦੇ ਸਿਰਫ ਆਪਾਂ ਸਿਰਫ ਆਪਣੇ ਆਪ ਨੂੰ ਵੱਡਾ ਦੱਸਣ ਦੀ ਖਾਤਰ ਦੂਜੇ ਨੂੰ ਨੀਵਾ ਦਿਖਾਉਣ ਦਾ ਯਤਨ ਕਰੀਏ ਸਿਆਣੇ ਕਹਿੰਦੇ ਆ ਕਿ ਦੂਜੇ ਦੀ ਲਕੀਰ ਛੋਟੀ ਕਰਨੀ ਆਪਣੀ ਲਕੀਰ ਵੱਡੀ ਕਰਨੀ ਪੈਂਦੀ ਆ ਤੇ ਪਰ ਤੁਹਾਡੀ ਲਕੀਰ ਨਾ ਵੱਡੀ ਹੋ ਸਕਦੀ ਆ ਨਾ ਹੋਣੀ ਆ ਇਸ ਕਰਕੇ ਮੈਂ ਸਮਝਦਾ ਕਿ ਪੰਥ ਕੇਤਾ ਨੂੰ ਮੁੱਖ ਰੱਖਦੇ ਆ ਇਹਨਾਂ ਗੱਲਾਂ ਤੇ ਵਿਰਾਮ ਲਾਣਾ ਚਾਹੀਦਾ ਔਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਸ਼੍ਰੋਮਣੀ ਕਾਲੀਗਲ ਦੀ ਮਜ਼ਬੂਤੀ ਲਈ ਤੁਹਾਨੂੰ ਜਿਹੜਾ ਹੈ ਉਹ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਸੋ ਮੈਂ ਸਮੂਚੀ ਸੰਗਤ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ